ਇਟਸ ਯੂਅਰ ਬੋਡੀ ਹੋਰੀ ਬਾਬਾ। ਸਾਡੇ ਬਾਰੇ ਕਿਹਾ ਜਾਂਦਾ ਕਿ ਸਾਡੇ ਕੋਲ NDRF ਹੈ, ਜੇ ਕੋਈ ਨੈਸ਼ਨਲ ਡਿਜ਼ਾਸਟਰ ਹੋ ਜੇ ਸਾਡੇ ਕੋਲ ਬਹੁਤ ਇਕਿਊਪਮੈਂਟ ਹੈ। ਇੱਕ ਛੋਟਾ ਬੱਚਾ 2 ਸਾਲ ਦਾ ਮੇਰੀ ਕੰਸਟੀਚੁਐਂਸੀ ਦੇ ਵਿੱਚ 120 ਫੁੱਟ ਬੋਰਵੈਲ ਦੇ ਵਿੱਚ ਡਿੱਗ ਪਿਆ, NDRF ਆਈ, NDRF ਕਹਿ ਰਹੀ ਹੈ ਸਾਡੇ ਕੋਲ 40 ਫੁੱਟ ਤੋਂ ਥੱਲੇ ਖੋਦਣ ਵਾਸਤੇ ਮਸ਼ੀਨ ਹੈ ਨਹੀਂ। ਦੋਸਤੋ, ਜਿਵੇਂ ਆਪਾਂ ਜਾਣਦੇ ਹਾਂ ਕਿ ਭਗਵੰਤ ਮਾਨ ਲੋਕ ਸਭਾ ਹਲਕਾ ਸੰਗਰੂਰ ਤੋਂ ਇੱਕ ਵਾਰ ਫਿਰ MP ਬਣੇ ਆ, ਉਹ ਪਹਿਲਾਂ 2014 ਵਿੱਚ ਵੀ MP ਬਣੇ ਸੀ। ਅਤੇ ਦੋਸਤੋ, ਹੁਣ ਲੋਕ ਸਭਾ ਵਿੱਚ ਆਪਣੀ ਸਪੀਚ ਦਿੰਦੇ ਹੋਏ ਭਗਵੰਤ ਮਾਨ ਨੇ ਪੰਜਾਬ ਦੇ ਬਹੁਤ ਸਾਰੇ ਮੁੱਦੇ ਚੱਕੇ ਅਤੇ ਉਹਨਾਂ ਨੇ ਅਜਿਹੀ ਸਪੀਚ ਦਿੱਤੀ ਕਿ ਬੈਠੇ ਵੱਡੇ ਵੱਡੇ ਲੀਡਰਾਂ ਨੂੰ ਤਰੇਲੀਆਂ ਆ ਗਈਆਂ, ਉਹਨਾਂ ਦੀਆਂ ਨੀਵੀਆਂ ਪੈ ਗਈਆਂ। ਅਤੇ ਇਸ ਦੇ ਨਾਲ ਹੀ ਭਗਵੰਤ ਮਾਨ ਨੇ ਫਤਿਹਵੀਰ ਦੇ ਮੁੱਦੇ 'ਤੇ ਵੀ ਗੱਲ ਕੀਤੀ ਕਿ ਕਿਸ ਤਰ੍ਹਾਂ ਸਰਕਾਰ, ਕਿਸ ਤਰ੍ਹਾਂ ਪ੍ਰਸ਼ਾਸਨ 1-2 ਸਾਲ ਦੇ ਬੱਚੇ ਨੂੰ 120 ਫੁੱਟ ਡੂੰਘੇ ਬੋਰਵੈਲ ਵਿੱਚੋਂ ਕੱਢਣ ਵਿੱਚ ਨਾਕਾਮ ਰਹੀ। ਅਤੇ ਨਾਲ ਦੀ ਨਾਲ ਉਹਨਾਂ ਨੇ NDRF 'ਤੇ ਵੀ ਤਕੜੇ ਵਿਅੰਗ ਕਸੇ। ਉਹਨਾਂ ਨੇ ਕਿਹਾ ਕਿ ਤੁਸੀਂ ਇੱਕ ਪਾਸੇ ਤਾਂ NDRF ਕਹਿੰਦੇ ਹੋ ਕਿ ਸਾਡੀ ਬਹੁਤ ਹੀ ਪਾਵਰਫੁੱਲ ਏਜੰਸੀ ਆ, ਕਿ 1-2 ਸਾਲ ਦੇ ਮਾਸੂਮ ਬੱਚੇ ਨੂੰ ਉਹ ਬੋਰਵੈਲ ਵਿੱਚੋਂ ਨਹੀਂ ਕੱਢ ਸਕੇ, ਲਗਭਗ 6 ਦਿਨ ਲੱਗੇ ਰਹੇ। ਅਤੇ ਆਓ ਦੋਸਤੋ, ਆਪਾਂ ਸਭ ਤੋਂ ਪਹਿਲਾਂ ਭਗਵੰਤ ਮਾਨ ਦੀ ਉਹ ਸਪੀਚ ਸੁਣ ਲੈਂਦੇ ਹਾਂ। ਔਰ ਮੈਂ ਇਹ ਗੱਲ ਕਹਿਣੀ ਚਾਹੂੰਗਾ, ਇੱਥੇ ਕਿਹਾ ਜਾ ਰਿਹਾ ਕਿ ਕੋਈ ਕਹਿ ਰਿਹਾ ਫਕੀਰ ਨੇ, ਕੋਈ ਕਹਿ ਰਿਹਾ ਰੈਬਰ ਨੇ, 10-10 ਲੱਖ ਰੁਪਏ ਦੇ ਸੂਟ ਪਾ ਕੇ ਫਕੀਰੀਆਂ ਨਹੀਂ ਹੁੰਦੀਆਂ, ਬੈਂਕਾਂ ਨੂੰ ਲੁੱਟਣ ਵਾਲਿਆਂ ਨਾਲ ਦੋਸਤੀਆਂ ਰੱਖਣ ਵਾਲਿਆਂ ਨੂੰ ਫਕੀਰ ਨਹੀਂ ਕਹਿੰਦੇ। ਮੈਂ ਕਹਿਣਾ ਚਾਹੂੰਗਾ, ਫਕੀਰੀਆਂ ਮਾਛੀਵਾੜੇ ਦੇ ਜੰਗਲਾਂ 'ਚ ਕੰਢਿਆਂ ਦੀ ਸੇਜ ਵਿਛਾ ਕੇ ਆਪਣਾ ਪਰਿਵਾਰ ਵਾਰ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਹੋਰਾਂ ਨੇ, ਸੰਤ ਸਿਪਾਹੀਆਂ ਨੇ ਕੀਤੀਆਂ ਨੇ। 2 ਹੀ ਲੀਡਰ ਹੋਏ ਨੇ 300 ਸਾਲ ਦੇ ਵਿੱਚ, ਸ਼੍ਰੀ ਗੁਰੂ ਗੋਬਿੰਦ ਸਿੰਘ ਅਤੇ ਭਗਤ ਸਿੰਘ, ਜਿਨ੍ਹਾਂ ਨੇ ਕੋਈ ਇਲੈਕਸ਼ਨ ਨਹੀਂ ਲੜੀ ਪਰ ਕੌਮ ਨੂੰ ਲੀਡ ਕੀਤਾ, ਦੇਸ਼ ਨੂੰ ਲੀਡ ਕੀਤਾ। ਇਸ ਤਰ੍ਹਾਂ ਇਲੈਕਸ਼ਨਾਂ ਜਿੱਤਣ ਵਾਲੀਆਂ ਫਕੀਰੀਆਂ ਜਿਹੜੀਆਂ, ਇਹਨਾਂ ਤੋਂ ਬਚੋ, ਇਹ ਤੁਹਾਡੇ ਲਈ ਵੀ ਖਤਰਨਾਕ ਹੋ ਜਾਣਗੀਆਂ। ਅਕਬਰ ਜਿਹੜਾ ਸੀ ਉਹਦੀ ਉਹ ਜਿੱਤਦਾ ਜਾਂਦਾ ਸੀ, ਜਿੱਤਦਾ ਜਾਂਦਾ ਸੀ, ਪਰ ਉਹ ਪਿੱਛੇ ਆਉਣਾ ਭੁੱਲ ਗਿਆ, ਜਦ ਉਹਨੂੰ ਪਿੱਛੇ ਮੁੜਿਆ ਪਿਛਲੇ ਸਾਰੇ ਇਕੱਠੇ ਹੋ ਗਏ ਸੀਗੇ। ਸੋ ਧਿਆਨ ਰੱਖਿਓ ਮੈਡਮ, ਮੈਂ ਪੰਜਾਬ ਤੋਂ ਆਉਣਾ, ਪੰਜਾਬ ਦਾ ਕਿਸਾਨ ਅੱਜ ਕਰਜ਼ਈ ਹੈ, ਅੱਜ ਖੁਦਕੁਸ਼ੀਆਂ ਕਰ ਰਿਹਾ, ਅੱਜ ਪੰਜਾਬ ਜਿਹਦਾ ਨਾਮ 5 ਪਾਣੀਆਂ 'ਤੇ ਹੈ, ਅੱਜ ਸਾਡਾ ਜਿਹੜਾ ਪਾਣੀ ਹੈ ਉਹ ਥੱਲੇ ਜਾ ਰਿਹਾ, ਬੜੀ ਜਲਦੀ ਪੰਜਾਬ ਮਾਰੂਥਲ ਬਣ ਜੂਗਾ। ਮੈਡਮ, ਇਹਦੇ ਬਾਰੇ, ਪੰਜਾਬ ਬਾਰੇ ਕੋਈ ਰਾਸ਼ਟਰਪਤੀ ਦੇ ਭਾਸ਼ਣ ਦੇ ਵਿੱਚ ਕੋਈ ਗੱਲ ਨਹੀਂ ਕੀਤੀ ਗਈ। ਮੈਡਮ, ਪੰਜਾਬੀ ਪਹਿਲਾਂ ਫੌਜ 'ਚ ਭਰਤੀ ਹੋਣ ਲਈ ਮਸ਼ਹੂਰ ਸੀ, ਅੱਜ ਕੱਲ੍ਹ ਸਾਡੇ ਮੁੰਡੇ ਬੇਰੁਜ਼ਗਾਰੀ ਦੇ ਮਾਰੇ ਸਾਊਦੀ ਅਰਬ ਦੇ ਟਿੱਬਿਆਂ 'ਚ ਜਾ ਕੇ ਦਿਹਾੜੀਆਂ ਕਰਦੇ, ਉੱਥੇ ਪਸੀਨੇ ਬਿਠਾਉਂਦੇ ਬਹਾਉਂਦੇ ਆ। ਅਰਮੀਨੀਆ ਵਰਗੇ ਗਰੀਬ ਕੰਟਰੀਆਂ 'ਚ ਸਾਡੇ ਪੰਜਾਬੀ ਨੌਜਵਾਨ 6-6 ਫੁੱਟੇ ਬੱਕਰੀਆਂ ਚਾਰਦੇ ਫਿਰਦੇ ਆ, ਕਿਉਂ? ਕਿਉਂਕਿ ਉਹਨਾਂ ਨੂੰ ਕੰਮ ਨਹੀਂ ਮਿਲਦਾ, ਇੱਥੇ ਬੇਰੁਜ਼ਗਾਰੀ ਹੈ, ਕੋਈ ਪੁੱਛਦੇ ਹੀ ਨਹੀਂ, ਟਰੈਵਲ ਏਜੰਟ ਲੁੱਟੀ ਜਾਂਦੇ ਆ, ਡੈੱਡ ਬੋਡੀਆਂ ਮੰਗਾਉਣਾ ਵੀ ਇੱਕ ਕੰਮ ਹੋ ਗਿਆ। ਸੋ ਮੈਡਮ, ਪੰਜਾਬ ਬਾਰੇ ਮੈਂ ਕਹੂੰਗਾ, 90% ਕੁਰਬਾਨੀਆਂ ਨੇ ਮੈਡਮ ਦੇਸ਼ ਨੂੰ ਯਾਦ ਕਰਾਉਣ ਲਈ। 100 ਸਾਲ ਹੋ ਗਿਆ ਜਲਿਆਂ ਵਾਲੇ ਬਾਗ ਦੇ ਕਾਂਡ ਨੂੰ, 1919 'ਚ ਹੋਇਆ ਸੀ, 2000 ਬੰਦਾ ਜਨਰਲ ਡਾਇਰ ਨੇ ਸ਼ਹੀਦ ਕਰਤਾ ਸੀ। ਉਹ ਕੀ ਕਰਨ ਗਏ ਸੀ ਉੱਥੇ? ਅੰਗਰੇਜ਼ਾਂ ਨੂੰ ਇਸ ਮੁਲਕ 'ਚੋਂ ਬਾਹਰ ਕੱਢਣ ਦੀਆਂ ਸਕੀਮਾਂ ਬਣਾਉਣ ਗਏ ਸੀ। ਅੱਜ ਉਹਨਾਂ ਦੀਆਂ ਆਤਮਾ ਤੜਫਦੀਆਂ ਹੋਣਗੀਆਂ, ਕਿਉਂਕਿ ਅੱਜ ਸਾਡੇ ਮੁੰਡੇ ਸਕੀਮਾਂ ਬਣਾਉਂਦੇ ਆ ਅੰਗਰੇਜ਼ਾਂ ਕੋਲ ਪਹੁੰਚਣ ਦੀਆਂ। ਜੇ ਇੰਨੇ ਚੰਗੇ ਸੀ ਉਹਨਾਂ ਨੂੰ ਰੱਖ ਲੈਂਦੇ, ਕਾਲੇ ਅੰਗਰੇਜ਼ ਆ ਗਏ, ਅਸੀਂ ਉੱਥੇ ਤੇ ਉੱਥੇ ਖੜੇ ਹਾਂ। ਸੋ ਉਵੇਂ ਜਿਵੇਂ ਲੁੱਟ ਜਾ ਰਹੀ ਹੈ, ਸਭ ਕੁਛ ਉਵੇਂ ਜਿਵੇਂ ਜਾ ਰਹੀ ਹੈ, ਕੁਛ ਨਹੀਂ ਬਦਲਿਆ। ਮੈਡਮ, ਕੋਈ ਇੰਡਸਟਰੀ ਨਹੀਂ। ਮੈਂ ਪਿਛਲੇ ਦਿਨਾਂ ਦੀ ਘਟਨਾ ਦਾ ਜ਼ਿਕਰ ਕਰਨਾ ਚਾਹੂੰਗਾ। ਸਾਡੇ ਬਾਰੇ ਕਿਹਾ ਜਾਂਦਾ ਕਿ ਸਾਡੇ ਕੋਲ NDRF ਹੈ,
ਜੇ ਕੋਈ ਨੈਸ਼ਨਲ ਡਿਜ਼ਾਸਟਰ ਹੋ ਜਾਵੇ ਸਾਡੇ ਕੋਲ ਬਹੁਤ ਇਕਿਊਪਮੈਂਟ ਹੈ। ਇੱਕ ਛੋਟਾ ਬੱਚਾ 2 ਸਾਲ ਦਾ ਮੇਰੀ ਕੰਸਟੀਚੁਐਂਸੀ ਦੇ ਵਿੱਚ 120 ਫੁੱਟ ਬੋਰਵੈਲ ਦੇ ਵਿੱਚ ਡਿੱਗ ਪਿਆ, NDRF ਆਈ, NDRF ਕਹਿ ਰਹੀ ਹੈ ਸਾਡੇ ਕੋਲ 40 ਫੁੱਟ ਤੋਂ ਥੱਲੇ ਖੋਦਣ ਵਾਸਤੇ ਮਸ਼ੀਨ ਹੈ ਨਹੀਂ, ਅਸੀਂ 120 ਫੁੱਟ ਤੋਂ ਆਪਣਾ ਬੱਚਾ ਨਹੀਂ ਕੱਢ ਸਕਦੇ। ਚੰਦ 'ਤੇ ਜਾਣ ਦੀਆਂ ਗੱਲਾਂ ਕਰਦੇ ਹਾਂ, ਅਸੀਂ ਕਰਦੇ ਹਾਂ ਮੰਗਲ ਗ੍ਰਹਿ 'ਤੇ ਪਹੁੰਚਣ ਦੀਆਂ। ਤੁਸੀਂ ਇਸ ਗੱਲ ਬਾਰੇ ਧਿਆਨ ਦੇਣਾ ਪਊਗਾ ਕਿ ਨੈਸ਼ਨਲ ਡਿਜ਼ਾਸਟਰ ਜਿਹੜਾ ਹੈ ਜੇ ਉਹ ਇਸ ਤਰ੍ਹਾਂ ਦਾ ਹੁੰਦਾ ਸਾਡੇ ਕੋਲ ਇਕਿਊਪਮੈਂਟ ਕਿੱਥੇ ਨੇ। ਦੋਸਤੋ, ਜਿਵੇਂ ਤੁਸੀਂ ਭਗਵੰਤ ਮਾਨ ਦੀ ਸਪੀਚ ਸੁਣੀ ਜਿਸ ਵਿੱਚ ਭਗਵੰਤ ਮਾਨ ਨੇ ਪੰਜਾਬ ਦੇ ਬਹੁਤ ਸਾਰੇ ਮੁੱਦੇ ਉਠਾਏ ਅਤੇ ਨਾਲ ਦੀ ਨਾਲ ਉਹਨਾਂ ਨੇ ਫਤਿਹਵੀਰ ਦੇ ਮੁੱਦੇ 'ਤੇ ਵੀ ਗੱਲ ਕੀਤੀ ਕਿ ਕਿਸ ਤਰ੍ਹਾਂ ਪ੍ਰਸ਼ਾਸਨ ਨਾਕਾਮ ਰਿਹਾ ਉਸ ਨੂੰ ਬਾਹਰ ਕੱਢਣ ਵਿੱਚ। ਸੋ ਦੋਸਤੋ, ਅੱਗੇ ਵੀ ਆਪਾਂ ਨੂੰ ਉਮੀਦ ਆ ਕਿ ਭਗਵੰਤ ਮਾਨ ਇਸੇ ਤਰ੍ਹਾਂ ਪੰਜਾਬ ਦੇ ਮੁੱਦੇ ਲੋਕ ਸਭਾ ਵਿੱਚ ਉਠਾਉਂਦਾ ਰਹੂਗਾ। ਅਤੇ ਦੋਸਤੋ, ਇਸ ਵੀਡੀਓ ਵਿੱਚ ਇੰਨਾ ਹੀ। ਜੇ ਤੁਹਾਨੂੰ ਵੀਡੀਓ ਵਧੀਆ ਲੱਗੇ, ਤੁਸੀਂ ਭਗਵੰਤ ਮਾਨ ਦੇ ਫੈਨ ਆ, ਤਾਂ ਇਸ ਵੀਡੀਓ ਨੂੰ ਲਾਈਕ ਵੀ ਕਰੋ ਅਤੇ ਨਾਲ ਦੀ ਨਾਲ ਇਸ ਵੀਡੀਓ ਦੇ ਹੇਠਾਂ ਕਮੈਂਟਾਂ ਵਿੱਚ ਭਗਵੰਤ ਮਾਨ ਜ਼ਿੰਦਾਬਾਦ ਜ਼ਰੂਰ ਲਿਖੋ ਅਤੇ ਇਸ ਵੀਡੀਓ ਨੂੰ ਆਪਣੇ ਸਾਰੇ ਦੋਸਤ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰ ਦਿਉ। ਅਤੇ ਜੇਕਰ ਤੁਸੀਂ ਆਪਣਾ ਚੈਨਲ ਅਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਤਾਂ ਹੋਰ ਅਪਡੇਟਸ ਲਈ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਅਤੇ ਨਾਲ ਆ ਰਹੇ ਬੈਲ ਦੇ ਬਟਨ 'ਤੇ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਸੋ ਜੀ, ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ। ਸਤਿ ਸ਼੍ਰੀ ਅਕਾਲ ਜੀ।